ਉੱਧਰ ਨਿਊਜ਼ ਰਿਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਪਿੰਡ ਵੇਰਾਂ ਦੇ ਆਸ ਪਾਸ ਇਲਾਕੇ ਦੇ ਵਿੱਚ ਅਸੀਂ ਅੱਜ ਖੜ੍ਹੇ ਹਾਂ, ਜਿੱਥੇ ਲੋਕ ਬਹੁਤ ਜ਼ਿਆਦਾ ਤੰਗ ਨੇ, ਪਰੇਸ਼ਾਨ ਹੈ, ਕਿਉਂਕਿ ਜੋ ਪਾਣੀ ਦਰਿਆ ਦਾ ਆਇਆ ਸੀ ਕਾਫੀ ਜ਼ਿਆਦਾ ਬਹਾਓ ਤੇਜ਼ ਸੀ। ਕਈਆਂ ਦੇ ਇੱਥੇ ਪਸ਼ੂ ਲੁੜ ਚੁੱਕੇ ਨੇ, ਮੱਝਾਂ ਇੱਥੇ ਲੁੜ ਚੁੱਕੀਆਂ ਨੇ, ਤੂੜੀ ਵਾਲੇ ਕੁੱਪ ਸੀ ਔਰ ਜੋ ਝੋਨਾ ਸੀ ਕਾਫੀ ਜ਼ਿਆਦਾ ਖਰਾਬ ਹੋ ਚੁੱਕਿਆ। ਜੇਕਰ ਇੱਧਰ ਅੱਗੇ ਨਜ਼ਰ ਮਾਰੀ ਜਾਵੇ ਤਾਂ ਇੱਥੇ ਪੱਠੇ ਜੋ ਬੀਜੇ ਹੋਏ ਸੀ ਉਹ ਵੀ ਖਰਾਬ ਹੋ ਚੁੱਕੇ ਨੇ, ਔਰ ਜੋ ਮਾਲ ਪਸ਼ੂ ਹੈ ਉਹ ਪੱਠਿਆਂ ਤੋਂ ਵੀ ਤੰਗ ਹੈ। ਜੀ, ਮੈਂ ਸਤਨਾਮ ਸਿੰਘ, ਪਿੰਡ ਵੇਰਾਂ ਤੋਂ, ਅਤੇ ਆਹ ਵੇਖ ਲਓ ਸਾਡਾ ਬੱਸੋ ਵਾਲਾ ਕਮਰਾ ਡਿੱਗ ਪਿਆ ਅਤੇ ਆਹ ਨੁਕਸਾਨ ਹੋ ਗਿਆ। ਇੱਥੇ ਕੋਪੇਗਾ ਸੀ ਤੂੜੀ ਵਾਲਾ, ਉੱਤੇ ਕਦਮਾਂ ਦੀ ਵੱਲਾ ਸੀ, ਰੁੜ ਗਿਆ ਅਤੇ ਦੋ ਪਸ਼ੂ ਮੇਰੇ ਗਏ ਸੀ, ਇੱਕ ਗਾਂ ਅਤੇ ਇੱਕ ਝੋਟੀ ਗਈ ਸੀ, ਉਹ ਰੁੜ ਗਈ ਪਾਣੀ 'ਚ, ਬਹੁਤ ਨੁਕਸਾਨ ਹੋ ਗਿਆ। ਕੋਈ ਸਰਕਾਰ ਨੇ ਕੋਈ ਕੁਛ ਨਹੀਂ ਕੀਤਾ ਅਤੇ ਨਾ ਹੀ ਇੱਥੇ ਕੋਈ ਆਇਆ। ਬੇਨਤੀ ਇਹ ਵੀ ਸਾਨੂੰ ਬਣਦਾ ਹੱਕ ਜੋ ਵੀ ਸਰਕਾਰ ਸਹਾਇਤਾ ਕਰਦੀ ਹੈ ਸਾਡੀ, ਕਰੇ ਇਹੋ ਗਰੀਬਾਂ ਦੀ। ਝੋਨਾ ਜਿਹੜਾ ਥਾਂ ਤਾਂ ਸਾਡਾ ਰਕਬਾ ਜ਼ਿਆਦਾ ਸੀ, ਜਿਹੜਾ ਵਿੱਚੋਂ 7 ਕਿਲੋ ਬੇਕਾਰ ਹੋ ਗਿਆ, ਉਸਨੂੰ ਉਹ ਰੇਤਾ ਚੜ੍ਹ ਗਿਆ, ਉੱਥੇ ਢਾਹ ਵੀ ਲੱਗੀ ਦਰਿਆ ਦੀ, ਮੌਕੇ 'ਤੇ ਜਾ ਵੀ ਦੇਖ ਸਕਦੇ ਨਹੀਂ ਵੀ ਨਹੀਂ, ਪੂਰਾ ਗਿਆ ਰੇਤੇ ਨਾਲ, ਮਿੱਟਾ ਅਜੇ ਪਾਣੀ ਚੱਲਦਾ ਉੱਥੇ ਅਤੇ ਮਿੱਟੀ ਸਾਡ ਹਾਟ ਅਤੇ ਰੇਤਾ ਦਰਿਆ ਦੇ ਟਾਵਰ ਦੇ ਉੱਥੋਂ ਉਸਦਾ ਨਜ਼ਦੀਕ ਪੈਂਦਾ। ਸਾਡਾ ਸਮਾਨ ਸੀਗਾ ਸਾਡੇ ਕੋਲ ਨਹੀਂ ਕੱਢਿਆ ਗਿਆ, ਇਹਨਾਂ ਸਮਾਨ ਚੱਕ ਤੇ ਅਸੀਂ ਕਿੱਧਰ ਲਿਜਾਈਏ, ਸਾਰਾ ਕੁਛ ਤਹਿਸ ਨਹਿਸ ਹੋ ਗਿਆ। ਦੇਖੋ ਆਹ ਸਾਰਾ ਸਮਾਨ ਜਿੰਨਾ ਕੁ ਸਾਡੇ ਕੋਲ ਤਾਂ ਸਾਡਾ ਅਸੀਂ ਸੱਟਿਆ, ਬਾਕੀ ਸਾਡਾ ਖਰਾਬ ਹੋ ਗਿਆ। ਸਾਡੇ ਕੋਲੋਂ ਕੁਛ ਵੀ ਸਮਾਨ ਇੰਨਾ ਨਹੀਂ ਕੱਢਿਆ ਗਿਆ ਜਿੰਨਾ ਕੁ ਸਾਡੇ। ਮੁਖਤਿਆਰ ਸਿੰਘ, ਭਾਰਤੀ ਜਨਵਾਦ ਦੀ ਨੌਜਵਾਨ ਸਭਾ ਦਾ ਮੈਂਬਰ ਔਰ ਜ਼ਿਲ੍ਹਾ ਮੀਤ ਪ੍ਰਧਾਨ, ਆਪਣੇ ਸਤਲੁਜ ਜੋ ਵੇਰਾਂ ਪਿੰਡ ਦੇ ਵਿੱਚ ਪਾਣੀ ਆਇਆ ਉਹਦੇ ਨਾਲ ਕਾਫੀ ਲੋਕਾਂ ਦਾ ਨੁਕਸਾਨ ਹੋਇਆ, ਜਿਹਦੇ ਨਾਲ ਕਾਫੀ ਲੋਕਾਂ ਦੇ ਫਸਲਾਂ ਨੁਕਸਾਨ ਹੋਈਆਂ ਔਰ ਕਈਆਂ ਦੇ ਪਸ਼ੂ ਰੁੜ ਗਏ ਨੇ, ਕਈਆਂ ਦਾ ਮਕਾਨਾਂ ਵਿੱਚ ਸਮਾਨ ਪਿਆ ਸੀ ਰੁੜ ਗਿਆ। ਪ੍ਰਸ਼ਾਸਨ ਵੱਲੋਂ ਤਾਂ ਥੋੜ੍ਹੀ ਬਹੁਤੀ ਸੁਨੇਹਾ ਲੱਗਦਾ ਸੀ ਪਰ ਓਨਾ ਨਹੀਂ ਲੱਗਦਾ ਸੀ ਜਿੰਨਾ ਚਾਹੀਦਾ ਸੀ। ਸਾਡਾ ਝੋਨਾ ਲੱਗਾ ਸੀਗਾ, ਪ੍ਰਸ਼ਾਸਨ ਨੇ ਉੱਪਰੋਂ ਬੰਨ ਨਾ ਬਣਾਉਣ ਦੇ ਕਾਰਨ ਇੱਥੇ ਇਸ ਟਾਈਮ ਜ਼ਮੀਨ ਦੇ ਵਿੱਚ 5-5, 6-6 ਫੁੱਟ ਪਾਣੀ ਆ, ਇਹ ਇਸ ਟਾਈਮ ਵੀ ਉੱਪਰੋਂ ਬੰਨਿਆ ਨਹੀਂ ਗਿਆ, ਜੇ ਦੁਬਾਰਾ ਪਾਣੀ ਆਉਂਦਾ ਤਾਂ ਇਹ ਘਰਾਂ ਨੂੰ ਵੀ ਨੁਕਸਾਨ ਆ ਅਤੇ ਸਾਡੀ ਜਿਹੜੀ ਫਸਲ ਤਾਂ ਖਰਾਬ ਹੋਈ ਉਹ ਤਾਂ ਹੋਈ ਹੋਈ ਆ, ਅਤੇ ਨਾ ਸਾਨੂੰ ਕੋਈ ਹਜੇ ਤੱਕ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਿਆ, ਨਾ ਸਾਨੂੰ ਕੋਈ ਮੁਆਵਜ਼ੇ ਦੀ, ਨਾ ਸਾਨੂੰ ਕੋਈ ਮੈਡੀਕਲ ਸਹੂਲਤ, ਸਾਡੇ ਇੱਥੇ ਬਿਲਕੁਲ ਬਹੁਤ ਜ਼ਿਆਦਾ ਮਾਹੌਲ ਖਰਾਬ ਆ। ਆਹ ਵੇਖ ਲਓ ਤੁਸੀਂ ਆਪ ਹੀ ਘਰਾਂ ਦਾ ਕੀ ਹਾਲ ਆ। ਬੋਲ ਆ ਕੇ ਸਾਡੇ ਰਾਲਤ ਨਹੀਂ ਵੇਖੀ ਕਿਸੇ ਗੌਰਮੈਂਟ ਨੇ, ਨਾ ਕੋਈ ਕਿਸੇ ਲੈਣਾ ਨਾ ਦੇਣਾ ਕੁਛ ਵੀ ਨਹੀਂ ਕੀਤਾ ਸਾਡੇ ਬਣੇ, ਲਾ ਕੇ ਜ਼ਿਆਦਾ ਸੁਰਤ ਹੀ ਨਹੀਂ ਰਹੀ ਸਾਡੇ ਮਕਾਨ ਮਕੂਨ ਸਾਰੇ, ਸਾਡਾ ਵਾਢ ਹੀ ਨਹੀਂ ਪੁੱਛੀ, ਪੁੱਛਿਆ ਹੀ ਨਹੀਂ, ਸਾਡੀ ਫਸਲ ਵੀ ਗਈ, ਜੀ ਵੀ ਗਏ, ਮਾਲ ਵੀ ਸਾਡਾ ਭੁੱਖਾ, ਜੀ ਵੀ ਭੁੱਖੇ, ਸਾਡੇ ਤਾਂ ਵਾਢ ਹੀ ਨਹੀਂ ਪੁੱਛੀ ਕਿਸੇ ਨੇ ਵੀ ਆ ਕੇ, ਅਤੇ ਹੋਰ ਬਾਕੀ ਸਾਡੇ ਆ ਤਾਂ ਕਿਸੇ ਨਾ ਤੂੜੀਆਂ ਡੱਕਾ ਨਾ ਦਾਣਾ ਨਾ ਪੱਕਾ ਕੁਛ ਵੀ।